ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਕਲਾਸ ਹੈ ਇਹ ਕਲਾਸ ਨੰਬਰ 13 ਹੈ ਜਿੱਥੇ ਆਪਾਂ ਪੰਜਾਬੀ ਗ੍ਰਾਮਰ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਾਂਗੇ ਜਿਹੜੇ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਨੇ ਸੋ ਦੋਸਤੋ ਇਹ ਜਿਹੜੇ ਵੀ ਪ੍ਰਸ਼ਨਾਂ ਨੂੰ ਆਪਾਂ ਡਿਸਕਸ ਕਰਾਂਗੇ ਇਹ ਤੁਹਾਡੇ ਰੀਡ ਦੇ ਪ੍ਰੀਵੀਅਸ ইয়ার ਦੇ ਵਿੱਚੋਂ ਲਏ ਗਏ ਨੇ ਸੋ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਅਸੀਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਮਿਲ ਜਾਇਆ ਕਰੇ ਸੋ ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲੇ ਪ੍ਰਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਸ ਸੈਸ਼ਨ ਦੀ ਪੀਡੀਐਫ ਨੂੰ ਡਾਊਨਲੋਡ ਕਿੱਥੋਂ ਕਰ ਸਕਦੇ ਹੋ ਸੋ ਆਪਣਾ ਇੱਕ ਟੈਲੀਗ੍ਰam ਚੈਨਲ ਹੈ ਜੀ ਤੁਸੀਂ ਇਸ ਟੈਲੀਗ੍ਰam ਨੂੰ ਜੇ ਤੁਹਾਨੂੰ ਨਹੀਂ ਪਤਾ ਵੀ ਟੈਲੀਗ੍ਰam ਹੁੰਦਾ ਕੀ ਹੈ ਤੁਸੀਂ ਪਲੇ ਸਟੋਰ ਤੇ ਜਾ ਕੇ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਸੋ ਇਹ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਉੱਥੇ ਇੱਕ ਆਵ ਦਾ ਅਕਾਊਂਟ ਬਣਾ ਲਿਓ ਅਕਾਊਂਟ ਬਣਾਉਣ ਤੋਂ ਬਾਅਦ ਡੋਰਸਟੈਪ ਐਜੂਕੇਸ਼ਨ ਪੁਆਇੰਟ ਤੁਹਾਨੂੰ ਆ ਚੈਨਲ ਵਿਖ ਜੇਗਾ ਜਿੱਥੇ ਤੁਹਾਨੂੰ 244 ਮੈਂਬਰ ਵੇਖਣ ਨੂੰ ਮਿਲਣਗੇ ਸੋ ਤੁਸੀਂ ਇਹਨੂੰ ਜੁਆਇਨ ਕਰ ਲਿਓ ਤੇ ਇੱਥੇ ਹੀ ਤੁਸੀਂ ਜਿੰਨੀਆਂ ਵੀ ਪੀਡੀਐਫਸ ਹੋਣਗੀਆਂ ਤੁਸੀਂ ਉਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ ਸੋ ਅੱਜ ਦਾ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਭਾਅ ਦੇ ਆਧਾਰ ਉੱਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਮੰਨੀਆਂ ਗਈਆਂ ਹਨ ਵੈਸੇ ਦੋਸਤੋ ਆਪਾਂ ਵਾਕ ਵਾਲੇ ਕਾਫੀ ਪ੍ਰਸ਼ਨਾਂ ਨੂੰ ਵੈਸੇ ਡਿਸਕਸ ਕੀਤਾ ਹੋਇਆ ਬਟ ਇਹ ਪ੍ਰਸ਼ਨ ਇੱਕ ਨਿਊ ਪ੍ਰਸ਼ਨ ਹੈ ਮੈਂ ਤੁਹਾਨੂੰ ਉਹ ਵੀ ਪੁੱਛੂੰਗਾ ਜੋ ਕਿ ਸੀ ਪਾਸਟ ਦੇ ਵਿੱਚ ਜਿਹੜੇ ਪ੍ਰਸ਼ਨਾਂ ਨੂੰ ਆਪਾਂ ਸੋਲਵ ਕਰ ਚੁੱਕੇ ਹਾਂ ਸੋ ਤੁਸੀਂ ਇਹ ਦੱਸਣਾ ਹੈ ਵੀ ਭਾਅ ਦੇ ਆਧਾਰ ਤੇ ਜੇ ਇੱਥੇ ਇਹ ਗੱਲ ਲਿਖ ਰਿਹਾ ਵੀ ਭਾਅ ਦੇ ਆਧਾਰ ਤੇ ਮਤਲਬ ਇਹ ਕਿ ਇੱਥੇ ਕੋਈ ਹੋਰ ਵੀ ਆਧਾਰ ਹੋਵੇਗਾ ਜਿਹਦੇ ਆਧਾਰ ਤੇ ਵਾਕਾਂ ਨੂੰ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਸੋ ਸਭ ਤੋਂ ਪਹਿਲਾਂ ਆਪਾਂ ਇਸ ਪ੍ਰਸ਼ਨ ਨੂੰ ਵੇਖਦੇ ਹਾਂ ਕਿ ਵਾਕ ਦੇ ਆਧਾਰ ਤੇ ਕੀ ਆਪਾਂ ਕਿੰਨੀਆਂ ਕਿਸਮਾਂ ਦੇ ਵਿੱਚ ਕੀ ਆਪਾਂ 5 ਕਿਸਮਾਂ ਦੇ ਵਿੱਚ ਵੰਡਦੇ ਹਾਂ ਜਾਂ ਫਿਰ 4 ਦੇ ਵਿੱਚ ਜਾਂ ਫਿਰ 3 ਦੇ ਵਿੱਚ ਜਾਂ ਫਿਰ 6 ਦੇ ਵਿੱਚ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਉਹ ਹੈ 5 ਵਿਪਾਵ ਦੇ ਆਧਾਰ ਤੇ ਜਿਹੜੇ ਵੀ ਵਾਕ ਹੁੰਦੇ ਨੇ ਜੀ ਉਹਨਾਂ ਨੂੰ ਪੰਜ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ ਤੇ ਕਿਹੜੇ ਕਿਹੜੇ ਉਹ ਪੰਜ ਕਿਸਮਾਂ ਹੈਗੀਆਂ ਨੇ ਜੀ ਆਪਾਂ ਉਹਨਾਂ ਬਾਰੇ ਵੀ ਇੱਕ ਵਾਰ ਗੱਲ ਕਰ ਲੈਨੇ ਆ ਬਰੀਫਲੀ ਮੈਂ ਤੁਹਾਨੂੰ ਪੰਜਾਂ ਦੇ ਨਾਮ ਗਿਣਾ ਦਿੰਨਾ ਸੋ ਸਭ ਤੋਂ ਪਹਿਲਾ ਵਾਕ ਹੈ ਜੀ ਉਹਨੂੰ ਆਪਾਂ ਕਹਿ ਦਿੰਨੇ ਆ ਸਰਲ ਵਾਕ ਦੂਜਾ ਆ ਗਿਆ ਪ੍ਰਸ਼ਨਵਾਚਕ ਵਾਕ ਤੀਸਰਾ ਆ ਗਿਆ ਵਿਸਮਿਕ ਵਾਕ ਚੌਥਾ ਆ ਗਿਆ ਆਗਿਆ ਜਾਂ ਬਨੇ ਵਾਚਕ ਵਾਕ ਤੇ ਪੰਜਵਾਂ ਆ ਗਿਆ ਇੱਛਾ ਸੂਚਕ ਵਾਕ ਵੈਸੇ ਦੋਸਤੋ ਵਾਕਾਂ ਦੀ ਜਿਹੜੀ ਵੰਡ ਹੈ ਉਹ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਪਹਿਲੀ ਤਾਂ ਹੋਗੀ ਬਣਤਨ ਅਨੁਸਾਰ ਦੂਜਾ ਹੋ ਗਿਆ ਭਾਵਾਂ ਅਨੁਸਾਰ ਜਿਹੜਾ ਕਿ ਤੁਹਾਡਾ ਪ੍ਰਸ਼ਨ ਹੈ ਜੇ ਤਾਂ ਆਪਾਂ ਗੱਲ ਕਰੀਏ ਬਣਤਨ ਬਣਤਰ ਅਨੁਸਾਰ ਵੀ ਉਹਨਾਂ ਦੇ ਵਿੱਚ ਕਿੰਨੇ ਭਾਗਾ ਦੇ ਵਿੱਚ ਵੰਡਿਆ ਜਾਂਦਾ ਸੋ ਆਪਾਂ ਇਹ ਡਿਸਕਸ ਕਰਦੇ ਹੁੰਨੇ ਆ ਨਾ ਕਿ ਸਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਤੇ ਇੱਕ ਹੋਰ ਸਗਾ ਜੀ ਉਹਨੂੰ ਆਪਾਂ ਕਹਿ ਦਿੰਨੇ ਆ ਗੁੰਜਲਦਾਰ ਵਾਕ ਸੋ ਇਹ ਜਿਹੜਾ ਹੈ ਜਿਹਦੇ ਆਪਾਂ ਪਹਿਲਾਂ ਵਾਲੀ ਗੱਲ ਕੀਤੀ ਸੀਗੀ ਕਿ ਬਣਤਨ ਦੇ ਅਨੁਸਾਰ ਬਣਤਰ ਦੇ ਅਨੁਸਾਰ ਵੀ ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਬਟ ਆਮ ਤੌਰ ਤੇ ਆਪਾਂ ਨੂੰ ਸਿਰਫ ਤਿੰਨ ਹੀ ਵੇਖਣ ਨੂੰ ਮਿਲਦੇ ਆ ਮਤਲਬ ਇਹ ਕਿ ਜਿੰਨੇ ਵੀ ਆਪਾਂ ਪ੍ਰਸ਼ਨ ਕੀਤੇ ਆ ਪਿਛਲੇ ਟਾਈਮ ਦੇ ਵਿੱਚ ਜਿੰਨੇ ਵੀ ਕਿਉਂਕਿ ਆਪਾਂ ਇਹ 166ਵਾਂ ਕੁਐਸਚਨ ਹੈ ਮਤਲਬ ਇਹ ਕਿ ਆਪਾਂ ਜਿੰਨੇ ਵੀ 150 ਕੁਐਸਚਨ ਕਰ ਚੁੱਕੇ ਆ ਵੀ ਉਹਦੇ ਵਿੱਚ ਤੁਹਾਨੂੰ ਸੁਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਤੇ ਇਹਨਾਂ ਤਿੰਨਾਂ ਤੇ ਇੱਕ ਗੁੰਜਲਦਾਰ ਵਾਕ ਵੀ ਹੁੰਦਾ ਹੈ ਚਾਰ ਕਿਸਮਾਂ ਹੁੰਦੀਆਂ ਠੀਕ ਹੈ ਜੀ ਵੰਨਤੜ ਦੇ ਆਧਾਰ ਤੇ ਤੁਹਾਨੂੰ ਚਾਰ ਕਿਸਮਾਂ ਵੇਖਣ ਨੂੰ ਮਿਲਦੀਆਂ ਦੇ ਭਾਵ ਦੇ ਆਧਾਰ ਤੇ ਤੁਹਾਨੂੰ ਪੰਜ ਕਿਸਮਾਂ ਆ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਸੋ ਇਹਦਾ ਜਿਹੜਾ ਜਵਾਬ ਹੈ ਜੀ ਉਹ ਹੈ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸ਼ਨਿਕ ਵਾਕ ਹੈ ਵੀ ਇਹੋ ਜਿਹਾ ਕਿਹੜਾ ਵਾਕ ਹੈ ਜੀ ਜਿਹਦੇ ਵਿੱਚ ਇੱਕ ਪ੍ਰਸ਼ਨ ਪੁੱਛਿਆ ਜਾ ਰਿਹਾ ਸੋ ਇਹਦਾ ਬੜਾ ਹੀ ਸੌਖਾ ਕੁਐਸਚਨ ਹੈ ਕਮਰਪ੍ਰੀਤ ਪੜ ਰਿਹਾ ਹੈ ਆਪਸ਼ਨ ਨੰਬਰ ਬੀ ਕਮਰਪ੍ਰੀਤ ਪੜਦਾ ਹੈ ਜਾਂ ਫਿਰ ਆਪਸ਼ਨ ਨੰਬਰ ਸੀ ਕਮਰਪ੍ਰੀਤ ਪੜ ਨਹੀਂ ਰਿਹਾ ਆਪਸ਼ਨ ਨੰਬਰ ਡੀ ਕੀ ਕਮਰਪ੍ਰੀਤ ਪੜ ਰਿਹਾ ਹੈ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕਿਹੜਾ ਹੋ ਸਕਦਾ ਹੈ ਸੋ ਆਪਸ਼ਨ ਨੰਬਰ ਡੀ ਦੇ ਵਿੱਚ ਤੁਹਾਨੂੰ ਇੱਕ ਪ੍ਰਸ਼ਨ ਪੁੱਛਿਆ ਜਾ ਰਿਹਾ ਜਿਵੇਂ ਕਿ ਪਹਿਲੇ ਦੇ ਵਿੱਚ ਜੇ ਤੁਸੀਂ ਵੇਖੋ ਏ ਬੀ ਐਂਡ ਸੀ ਜਿਹੜਾ ਵਾਕ ਹੈ ਵੀ ਇਹ ਅਸਰਟਿਵ ਸੈਂਟੈਂਸਸ ਹੈ ਜਿਹਦੇ ਵਿੱਚ ਜਿਵੇਂ ਕਿ ਕਵਰਪ੍ਰੀਤ ਪੜ ਰਿਹਾ ਹਾਂ ਵਾਚਕ ਵਾਕ ਹੈ ਕਿ ਠੀਕ ਹੈ ਜੀ ਪੜ ਰਿਹਾ ਤੇ 20 ਦੇ ਵਿੱਚ ਪੁੱਛਿਆ ਕਿਹਾ ਜਾ ਰਿਹਾ ਕਿ ਕਵਰ ਕਮਰਪ੍ਰੀਤ ਪੜਦਾ ਹੈ ਤੇ ਆਪਸ਼ਨ ਨੰਬਰ ਸੀ ਦੇ ਵਿੱਚ ਕਵਰਪ੍ਰੀਤ ਪੜ ਨਹੀਂ ਰਿਹਾ ਇਹ ਨਾਵਾਚਕ ਵਾਕ ਹੋ ਗਿਆ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਡੀ ਦੀ ਇਹਦੇ ਵਿੱਚ ਇਹ ਪੁੱਛਿਆ ਜਾ ਰਿਹਾ ਵੇ ਕੀ ਕਵਰ ਪ੍ਰੀਤ ਪੜ ਰਿਹਾ ਹੈ ਸੋ ਇਹ ਆਬਵੀਅਸਲੀ ਗੱਲ ਹੈ ਵੀ ਇਹ ਪ੍ਰਸ਼ਨ ਪ੍ਰਸ਼ਨਿਕ ਵਾਕ ਹੈ ਠੀਕ ਹੈ ਜੀ ਇਹਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਰਿਹਾ ਸੋ ਆਪਸ਼ਨ ਨੰਬਰ ਡੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਹੁਣ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਹੈ ਜੀ ਇੱਕ ਅੱਖ ਨਾਲ ਵੇਖਣਾ ਮੁਹਾਵਰੇ ਦਾ ਕੀ ਅਰਥ ਹੈ ਜੀ ਤੁਸੀਂ ਇਹ ਦੱਸੋ ਸੋ ਇੱਕ ਇਹ ਵੀ ਇੱਕ ਗ੍ਰਾਮਰ ਬੇਸ ਦੀ ਕੁਐਸਚਨ ਹੈ ਜੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਵੀ ਜਿੰਨੇ ਵੀ ਆਪਾਂ ਪ੍ਰਸ਼ਨ ਕਰ ਰਹੇ ਹਾਂ ਵੀ ਇੱਕ ਦਿਨ ਤਾਂ ਆਪਾਂ ਪੈਡਾਗੋਜੀ ਕਰਦੇ ਹਾਂ ਤੇ ਦੂਜੇ ਦਿਨ ਆਪਾਂ ਗ੍ਰਾਮਰ ਦੇ ਤੇ ਵਿੱਚ ਹੀ ਤੁਹਾਨੂੰ ਕਹਿ ਸਕਦੇ ਹਾਂ ਜੀ ਪੈਸੇਜ ਤੇ ਇੱਕ ਅਨਸੀਨ ਪੋਇਮ ਹੈ ਜੀ ਉਹਦੇ ਵੀ ਆਪਾਂ ਕੁਐਸਚਨਾਂ ਨੂੰ ਡਿਸਕਸ ਕਰਦੇ ਹੁੰਨੇ ਆ ਸੋ ਅੱਜ ਦੇ ਵਿੱਚ ਆਪਾਂ ਅੱਜ ਦੇ ਪ੍ਰਸ਼ਨਾਂ ਦੇ ਵਿੱਚ ਆਪਾਂ ਨੂੰ ਆਮ ਤੌਰ ਤੇ ਗ੍ਰਾਮਰ ਦੇ ਕੁਐਸਚਨ ਤੇ ਪੈਰਾਗ੍ਰਾਫ ਤੇ ਜਿਹੜਾ ਵੀ ਇੱਕ ਪੋਇਮ ਹੈ ਜੀ ਉਹਦੇ ਕੁਐਸਚਨਾਂ ਨੂੰ ਡਿਸਕਸ ਕਰ ਰਹੇ ਆ ਸੋ ਇਹ ਕੁਐਸਚਨ ਨੂੰ ਵੇਖੋ ਧਿਆਨ ਨਾਲ ਵੀ ਇੱਕ ਅੱਖ ਨਾਲ ਵੇਖਣਾ ਦਾ ਮਤਲਬ ਕੀ ਹੈ ਕਿ ਸਾਰਿਆਂ ਨੂੰ ਧੁੱਪ ਵਿੱਚ ਵੇਖਣਾ ਆਪਸ਼ਨ ਨੰਬਰ ਬੀ ਕਿਸੇ ਨੂੰ ਵੇਖ ਕੇ ਅੱਖ ਬੰਦ ਕਰ ਲੈਣੀ ਆਪਸ਼ਨ ਨੰਬਰ ਸੀ ਸਾਰਿਆਂ ਨੂੰ ਇੱਕੋ ਜਿਹਾ ਵੇਖਣਾ ਆਪਸ਼ਨ ਨੰਬਰ ਡੀ ਕਿਸੇ ਕਾਣੇ ਵੱਲੋਂ ਵੇਖਣਾ ਸੋ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਇਹਦਾ ਕੀ ਮਤਲਬ ਹੈ ਜੀ ਜੇ ਮੈਂ ਕਹਾਂ ਕਿ ਇੱਕ ਜਿਹੜਾ ਅਧਿਆਪਕ ਹੈ ਚਲੋ ਇਹਨੂੰ ਆਪਾਂ ਭੁੱਲ ਜਾਂਦੇ ਹਾਂ ਵੀ ਇਹ ਪ੍ਰਸ਼ਨ ਨੂੰ ਜਿਵੇਂ ਮੰਨ ਕੇ ਚੱਲੋ ਵੀ ਤਾਂ ਉਹਨੇ ਪ੍ਰਸ਼ਨ ਵੈਸੇ ਤਾਂ ਆਉਂਦਾ ਹੀ ਹੋਣਾ ਜਿਵੇਂ ਆਪਾਂ ਇੱਕ ਉਦਾਹਰਨ ਲੈ ਕੇ ਵੇਖਦੇ ਹਾਂ ਕਿ ਇੱਕ ਜਿਹੜਾ ਅਧਿਆਪਕ ਹੈ ਜੀ ਉਹ ਸਾਰਿਆਂ ਜਿਹੜੇ ਵੀ ਸਾਰੇ ਵਿਦਿਆਰਥੀ ਹੈ ਜੀ ਉਹਦੀ ਨਿਗਾਹ ਦੇ ਵਿੱਚ ਕੀ ਹੈਗੇ ਜੀ ਉਹ ਇੱਕੋ ਸੇਮ ਹੈ ਵੀ ਉਹ ਇੱਕ ਅੱਖ ਨਾਲ ਵੀ ਸਾਰੇ ਵਿਦਿਆਰਥੀਆਂ ਨੂੰ ਵੇਖਦਾ ਇਹਦਾ ਮਤਲਬ ਇਹ ਹੈ ਕਿ ਉਹ ਇੱਕੋ ਜਿਹਾ ਵੇਖਦਾ ਵੀ ਸਾਰੇ ਲਈ ਸਾਰੇ ਉਹਦੇ ਲਈ ਸਮਾਨ ਹੈ ਸਮਾਨ ਕਹਿ ਸਕਦੇ ਹਾਂ ਜੀ ਸਾਰੇ ਉਹਦੇ ਲਈ ਕੀ ਹੈ ਜੀ ਸਮਾਨ ਹੈ ਵੀ ਸਾਰਿਆਂ ਨੂੰ ਇੱਕੋ ਜਿਹਾ ਦੇਖਣਾ ਸੋ ਆਪਸ਼ਨ ਨੰਬਰ ਸੀ ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਸੋ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਰੱਸੀ ਸੜ ਗਈ ਪਰ ਵਟ ਨਹੀਂ ਗਿਆ ਸੋ ਆਮ ਤੌਰ ਤੇ ਆਪਾਂ ਇਹ ਜਿਹੜਾ ਵਾਕ ਹੈ ਜਿਹੜਾ ਖਾਨ ਹੈ ਜੀ ਇਹਦੀ ਵਰਤੋਂ ਆਪਾਂ ਕਰਦੇ ਰਹਿੰਦੇ ਆ ਸੋ ਰੱਸੀ ਸੜ ਗਈ ਪਰ ਵਟ ਨਹੀਂ ਗਿਆ ਕਿ ਰੱਸੀ ਦਾ ਸਵਾਹ ਹੋ ਜਾਣਾ ਆਕੜ ਨਾ ਛੱਡਣੀ ਰੱਸੀ ਦਾ ਵਿਲੇਟਾ ਕਾਇਮ ਰਹਿਣਾ ਜਾਂ ਫਿਰ ਰੱਸੀ ਦਾ ਵਲ ਵਲੇਵੇ ਖਾਣਾ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕੀ ਹੋ ਸਕਦਾ ਹੈ ਉਹ ਹੈ ਆਕੜ ਨਾ ਛੱਡਣੀ ਆਪਸ਼ਨ ਨੰਬਰ ਬੀ ਕਿਹਾ ਜੀ ਇਹ ਤੁਹਾਡਾ ਸਹੀ ਜਵਾਬ ਹੈ ਜੀ ਜੇ ਸੈਸ਼ਨ ਪਸੰਦ ਆ ਰਿਹਾ ਹੋਵੇ ਤਾਂ ਤੁਸੀਂ ਇਸ ਸੈਸ਼ਨ ਨੂੰ ਲਾਈਕ ਵੀ ਕਰ ਸਕਦੇ ਹੋ ਜੇਕਰ ਨਾ ਪਸੰਦ ਆ ਰਿਹਾ ਹੋਵੇ ਤਾਂ ਤੁਸੀਂ ਇਹਨੂੰ ਡਿਸਲਾਈਕ ਵੀ ਕਰ ਸਕਦੇ ਹੋ ਤੇ ਦੋਸਤੋ 170 ਜਿਹੜਾ ਕੁਐਸਚਨ ਹੈ ਜੀ ਇਹਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾ ਰਿਹਾ ਕਿਸੇ ਦੀ ਕਹੀ ਗੱਲ ਨੂੰ ਬਿਲਕੁਲ ਉਸੇ ਤਰ੍ਹਾਂ ਵਿਸ਼ਰਾਮ ਚਿੰਨ ਲਗਾ ਕੇ ਲਿਖਣ ਸਮੇਂ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਹੈ ਜੀ ਉਹ ਕੀਤੀ ਜਾਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਕੋਈ ਗੱਲ ਕਹਿ ਰਿਹਾ ਤੁਸੀਂ ਮੇਰੀਆਂ ਹੀ ਗੱਲਾਂ ਨੂੰ ਜੇ ਤੁਸੀਂ ਵੀ ਇਹੋ ਜਿਹਾ ਕਿਹੜਾ ਚਿੰਨ੍ਹ ਹੈ ਜੀ ਕਿ ਤੁਸੀਂ ਐਜ਼ ਇਟ ਇਜ਼ ਲਿਖ ਦਿੰਨੇ ਹੋ ਵੀ ਜਦੋਂ ਵੀ ਤੁਸੀਂ ਮੇਰੀਆਂ ਗੱਲਾਂ ਨੂੰ ਐਜ਼ ਇਟ ਇਜ਼ ਲਿਖਣ ਤੋਂ ਬਾਅਦ ਵੀ ਕਿਹੜੇ ਚਿੰਨ੍ਹ ਦੀ ਤੁਸੀਂ ਵਰਤੋਂ ਕਰਦੇ ਹੁੰਨੇ ਹੋ ਕਿ ਉਹ ਡੰਡੀ ਹੈ ਕਿ ਉਹ ਪੁੱਠੇ ਕੌਮੇ ਹੈਗੇ ਜੀ ਕਿ ਉਹ ਬ੍ਰੈਕਟ ਹੈ ਜਾਂ ਫਿਰ ਉਹ ਛੁੱਟ ਮਰੋੜੀ ਹੈ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜਿਵੇਂ ਕਿ ਤੁਸੀਂ ਵੇਖਿਆ ਹੋਊਗਾ ਵੀ ਜਦੋਂ ਵੀ ਕੋਈ ਕਵਿਤਾ ਆਉਂਦੀ ਹੈ ਜਾਂ ਫਿਰ ਆਪਾਂ ਕਿਸੇ ਵੀ ਕਵੀ ਦਾ ਨਾਮ ਲਿਖਣਾ ਹੁੰਦਾ ਜਾਂ ਫਿਰ ਕਿਸੇ ਵੀ ਆਪਾਂ ਲੇਖਕ ਦਾ ਨਾਮ ਲਿਖਦੇ ਹੁੰਨੇ ਆ ਵੀ ਆਪਾਂ ਨਾ ਉਹਦੇ ਉਹਨੂੰ ਕੌਮਿਆਂ ਦੇ ਵਿੱਚ ਲਿਖ ਦਿੰਨੇ ਹੁੰਨੇ ਆ ਜਾਂ ਫਿਰ ਕਿਸੇ ਦੀ ਕਹੀ ਗੱਲ ਨੂੰ ਕਿਸੇ ਦੇ ਥੌਟ ਨੂੰ ਜਿਹਨੇ ਕੋਈ ਵਿਚਾਰ ਲਿਖਿਆ ਸੋ ਆਪਾਂ ਉਹਨੂੰ ਕੀ ਕਰ ਦਿੰਨੇ ਹੁੰਨੇ ਆ ਜੀ ਆਪਾਂ ਉਹਨੂੰ ਨਾ ਪੁੱਠੇ ਕੌਮਿਆਂ ਦੇ ਵਿੱਚ ਇਨਵਰਟਡ ਕਾਮਾਸ ਦੇ ਵਿੱਚ ਕਿਸੇ ਦੀ ਕਹੀ ਗੱਲ ਨੂੰ ਆਪਾਂ ਜਦੋਂ ਲਿਖ ਦਿੰਦੇ ਹੁੰਨੇ ਆ ਸੋ ਉਹਨੂੰ ਆਪਾਂ ਪੁੱਠੇ ਕਾਮੇ ਕਹਿੰਨੇ ਆ ਸੋ ਇਹ ਜਿਹੜਾ ਵਿਸ਼ਰਾਮ ਚਿੰਨ ਹੈ ਜੀ ਜਦੋਂ ਤੁਸੀਂ ਕਿਸੇ ਦੀ ਕਹੀ ਗੱਲ ਨੂੰ ਉਸੇ ਤਰ੍ਹਾਂ ਹੀ ਲਿਖਣਾ ਹੋਵੇ ਤੁਸੀਂ ਇਸ ਚਿੰਨ ਦੀ ਵਰਤੋਂ ਕਰਦੇ ਹੁੰਨੇ ਹੋ ਹੁਣ ਅਗਲੇ ਪ੍ਰਸ਼ਨ ਨੂੰ ਵੇਖ ਲੈਣੇ ਆ ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹ ਤੁਹਾਨੂੰ 5-5 ਪ੍ਰਸ਼ਨ ਹੋਣਗੇ ਜਿਹੜੇ ਕਿ ਇਸ ਕਵਿਤਾ ਤੋਂ ਸੰਬੰਧਿਤ ਹੋਣਗੇ ਸੋ ਇਹਨਾਂ ਨੂੰ ਆਪਾਂ ਵੇਖਾਂਗੇ ਸਭ ਨਾਲ ਪਹਿਲਾਂ ਮੈਂ ਕੀ ਕਰਦਾ ਜੀ ਪਹਿਲਾਂ ਮੈਂ ਇੱਕ ਵਾਰ ਨਾ ਜਿਹੜੇ ਵੀ ਪ੍ਰਸ਼ਨ ਆਏ ਜੀ ਮੈਂ ਤੁਹਾਨੂੰ ਇੱਕ ਵਾਰ ਉਹ ਪੜ੍ਹ ਕੇ ਸੁਣਾ ਦਿੰਨਾ ਉਸ ਤੋਂ ਬਾਅਦ ਆਪਾਂ ਜਿਹੜੀ ਵੀ ਕਵਿਤਾ ਹੋਏਗੀ ਵੀ ਆਪਾਂ ਉਹਨੂੰ ਪੜ੍ਹਾਂਗੇ ਉਪਰੋਕਤ ਕਾਵ ਵਿੱਚ ਵੀ ਉਪਰੋਕਤ ਕਾਵ ਕਿਸ ਵਿਚਾਰ ਸੋਝ ਨੂੰ ਪ੍ਰਗਟ ਕਰਦਾ ਹੈ ਇਹ ਵੀ ਕਿਹੜਾ ਵਿਚਾਰ ਹੈ ਜੀ ਇਹ ਪੁੱਛਿਆ ਜਾ ਰਿਹਾ ਆਪਸ਼ਨ ਜਿਹੜਾ ਕੁਐਸਚਨ ਦੂਜਾ ਹੈ ਵੀ ਸਭ ਤੇਰਾ ਸਭ ਤੇਰਾ ਖੇਲ ਅਖਾੜਾ ਜਿਓ ਠੀਕ ਹੈ ਜੀ ਤੋ ਕੀ ਭਾਵ ਹੈ ਪਰਮਾਤਮਾ ਨੇ ਸੰਸਾਰ ਸਿਰਜਿਆ ਹੈ ਪਰਮਾਤਮਾ ਕੇਵਲ ਜ਼ਿੰਮੇਵਾਰੀ ਪਾਲਣਹਾਰ ਹੈ ਪਰਮਾਤਮਾ ਖੇਡਣ ਲਈ ਤਾਕਤ ਦਿੰਦਾ ਹੈ ਜਾਂ ਫਿਰ ਪਰਮਾਤਮਾ ਮਾਤਾ ਪਿਤਾ ਹੈ ਆਪਸ਼ਨ ਕੁਐਸਚਨ ਨੰਬਰ 3 ਹੈ ਜੀ ਉਪਰੋਕਤ ਕਾਵ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਦਾ ਉਲੇਖ ਨਹੀਂ ਹੈ ਭਾਈ ਭੈਣ ਮਾਤਾ ਤੇ ਬੰਦਪ ਕੁਐਸਚਨ ਨੰਬਰ ਜਿਹੜਾ ਨੈਕਸਟ ਹੈ ਜੀ ਚੌਥਾ ਉਪਰੋਕਤ ਕਾਵ ਵਿੱਚ ਕਿਹੜਾ ਅਲੰਕਾਰ ਹੈ ਵੀ ਉਹ ਕਾਵ ਦੇ ਵਿੱਚ ਕਿਹੜਾ ਅਲੰਕਾਰ ਹੈ ਜੇ ਕਿ ਉਹ ਰੂਪਕ ਹੈ ਕਿ ਉਹ ਉਪਮਾ ਹੈ ਕਿਉਂ अनुप्रास है या फिरो यमक है चलਦੇ ਆ ਜੀ ਅਗਲੇ ਪ੍ਰਸ਼ਨ ਤੇ ਜਿਹੜਾ ਅਗਲਾ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾ ਰਿਹਾ ਵੀ ਉਪਰੋક્ત ਕਾਵ ਵਿੱਚ ਕਿਸ ਢੁਕਵੀਂ ਸ਼ੈਲੀ ਵਿੱਚ ਸਿੱਖਿਆ ਦਿੱਤੀ ਗਈ ਹੈ ਸੋ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਵੀ ਜਿਹੜਾ ਵੀ ਉੱਤੇ ਕਾਵ ਦਿੱਤਾ ਹੋਇਆ ਵੀ ਉਹਦੇ ਵਿੱਚ ਕਿਹਦੀ ਗੱਲ ਕੀਤੀ ਗਈ ਹੈ ਮਨੋਵਿਗਿਆਨਿਕ ਦੀ ਅਧਿਆਤਮਿਕ ਦੀ ਰੂਪਵਾਦੀ ਸ਼ੈਲੀ ਦੀ ਜਾਂ ਫਿਰ ਸلسਨਾਵਾਦੀ ਸ਼ੈਲੀ ਦੀ ਸੋ ਇਹ ਪੰਜ ਪ੍ਰਸ਼ਨ ਸਗੇ ਸੋ ਆਪਾਂ ਕੀ ਕਰਦੇ ਆ ਜੀ ਇੱਕ ਵਾਰ ਇਸ ਕਾਵ ਨੂੰ ਪੜ੍ਹ ਲੈਨੇ ਆ ਸੋ ਮੈਂ ਇੱਕ ਵਾਰ ਪੜ੍ਹ ਕੇ ਸੁਣਾ ਦਿੰਨਾ तू मेरा पिता तू है, तु है, तो है मेरा माता तू मेरा बंधप तू मेरा प्राता तू मेरा राखा सबनी थाई तुमरी तू मेरी ओट तू है मेरा तुझ बिन दूजा अवर न सब तेरा खेल अखाड़ा जियो मैं एक बार होर पढ़ के सुना देना तू मेरा पिता तू है मेरा माता तू मेरा बंधप तू मेरा प्राता तू मेरा राखा सबनी थाई ਤਾਪ ਉਹ ਕਹੇ ਕਾੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰਨ ਕੋਈ ਸਭ ਤੇਰਾ ਖੇਲ ਅਖਾੜਾ ਜਿਓ ਵੈਸੇ ਦੋਸਤੋ ਇਹ ਜਿਹੜੀ ਕਹਿ ਸਕਦੇ ਆ ਜੀ ਜਿਹੜਾ ਵੀ ਕਾਵ ਹੈ ਜੀ ਇਹ ਸਾਡੇ ਸਕੂਲ ਦੇ ਵਿੱਚ ਇਹਦੀ ਪੜ੍ਹ ਵੀ ਕੀਤੀ ਜਾਂਦੀ ਸੀਗੀ ਸੋ ਮੈਨੂੰ ਉਹਨਾਂ ਦਿਨਾਂ ਦੀ ਯਾਦ ਆ ਗਈ ਬਾਕੀ ਹੁਣ ਆਪਾਂ ਕੁਐਸਚਨ ਨੂੰ ਦੇਖ ਲੈਣੇ ਆ ਉਪਰੋਕਤ ਕਾਵ ਕਿਸ ਵਿਚਾਰ ਸੋਚ ਨੂੰ ਪ੍ਰਗਟ ਕਰਦਾ ਹੈ ਕੀ ਉਹ ਗੁਰਮਤੀ ਕਾਵ ਹੈ ਕੀ ਇਹ ਸੂਫੀ ਕਾਵ ਹੈ ਜਾਂ ਫਿਰ ਇਹ ਵੀਰ ਕਾਵ ਹੈ ਜਾਂ ਫਿਰ ਇਹ ਕਿੱਸਾ ਕਾਵ ਹੈ ਸੋ ਇਹਦੀ ਆਪਾਂ ਜੇ ਗੱਲ ਕਰੀਏ ਕਿ ਇਹ ਸੂਫੀ ਕਾਵ ਹੈ ਕਿ ਇਹ ਵੀਰ ਕਾਵ ਹੈ ਕਿੱਸਾ ਕਾਵ ਹੈ ਜਾਂ ਫਿਰ ਗੁਰਮਤੀ ਕਾਵ ਹੈ ਸੋ ਦੋਸਤੋ ਇਹਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ A ਆਪਸ਼ਨ ਨੰਬਰ A ਦੇ ਵਿੱਚ ਇਹ ਗੱਲ ਹੈ ਕਿ ਇਹ ਜਦੋਂ ਵੀ ਅਧਿਆਤਮਿਕ ਵਿਚਾਰਾਂ ਨੂੰ ਕਵਿਤਾ ਰਾਹੀਂ ਜਦੋਂ ਪ੍ਰਗਟ ਕੀਤਾ ਜਾਂਦਾ ਵੀ ਅਧਿਆਤਮਿਕ ਕਿਹੜੇ ਹੁੰਦੇ ਆ ਜੀ ਜਿਹਨੂੰ ਆਪਾਂ ਸਪਿਰਚੁਅਲ ਕਹਿ ਦਿੰਨੇ ਆ ਜਦੋਂ ਆਪਣੇ ਸਪਿਰਚੁਅਲ ਥੌਟਸ ਹੁਣ ਅਧਿਆਤਮਿਕ ਥੌਟਸ ਹੁਣ ਜਦੋਂ ਆਪਾਂ ਉਹਨੂੰ ਕਵਿਤਾ ਰਾਹੀਂ ਪ੍ਰਗਟ ਕਰਦੇ ਆ ਉਹਨੂੰ ਆਪਾਂ ਗੁਰਮਤੀ ਕਾਵ ਕਹਿੰਦੇ ਆ ਸੋ ਦੋਸਤੋ ਜਿਹੜਾ ਵੀ ਆਪਣਾ ਕਾਵ ਹੈ ਵੀ ਇਹਦੇ ਵਿੱਚ ਆਪਾਂ ਉਹੀ ਤਾਂ ਕਰ ਰਹੇ ਆ ਨਾ ਸੋ ਆਪਸ਼ਨ ਨੰਬਰ ਏ ਤੁਹਾਡਾ ਸਹੀ ਜਵਾਬ ਹੈ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਸਭ ਤੇਰਾ ਖੇਲ ਅਖਾੜਾ ਜਿਓ ਇਹਦਾ ਕੀ ਭਾਵ ਹੈ ਪ੍ਰਮਾਤਮਾ ਨੇ ਸੰਸਾਰ ਸਿਰਜਿਆ ਹੈ ਪ੍ਰਮਾਤਮਾ ਕੇਵਲ ਜੀਵਾਦਾਹੀ ਪਾਲਣਹਾਰ ਹੈ ਪ੍ਰਮਾਤਮਾ ਖੇਡਣ ਲਈ ਤਾਕਤ ਦਿੰਦਾ ਹੈ ਜਾਂ ਫਿਰ ਪ੍ਰਮਾਤਮਾ ਮਾਤਾ ਪਿਤਾ ਹੈ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਸਭ ਤੇਰਾ ਖੇਲ ਅਖਾੜਾ ਜਿਓ ਇਹਦਾ ਮਤਲਬ ਜਿਓ ਇਹਦਾ ਮਤਲਬ ਇਹ ਹੈ ਕਿ ਪ੍ਰਮਾਤਮਾ ਨੇ ਸੰਸਾਰ ਹੈ ਜੀ ਉਹ ਸਿਰਜਿਆ ਹੈ ਸੋ অপਸ਼ਨ ਨੰਬਰ A ਤੋੜਾ ਸਹੀ ਜਵਾਬ ਹੈ ਜੀ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ ਜਿਹੜਾ ਅਗਲਾ ਪ੍ਰਸ਼ਨ ਹੈ ਜੀ ਉਪਰੋਕਤ ਕਾਵ ਵਿੱਚ ਹੀਟ ਲਿਖਿਆ ਵਿੱਚੋਂ ਕਿਸ ਦਾ ਉਲੇਖ ਨਹੀਂ ਹੈ ਜੇ ਤੁਸੀਂ ਉਹਨਾਂ ਲਾਈਨਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਵੀ ਉਹਦੇ ਵਿੱਚ ਕਿਹਦੀ ਗੱਲ ਨਹੀਂ ਕੀਤੀ ਗਈ ਭਾਈ ਦੀ ਭੈਣ ਦੀ ਮਾਤਾ ਦੀ ਜਾਂ ਬੰਧਪਤੀ ਜੇਕਰ ਤੁਸੀਂ ਇਸ ਲਾਈਨ ਨੂੰ ਦੁਬਾਰਾ ਪੜ੍ਹੋ ਵੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮਤਲਬ ਇਥੇ ਪਿਤਾ ਦੀ ਗੱਲ ਕੀਤੀ ਗਈ ਹੈ ਮਾਤਾ ਦੀ ਵੀ ਗੱਲ ਕੀਤੀ ਗਈ ਹੈ ਬੰਦਪ ਦੀ ਗੱਲ ਕੀਤੀ ਗਈ ਹੈ ਤੇ ਭਰਾਤਾ ਦੀ ਗੱਲ ਕੀਤੀ ਗਈ ਹੈ ਸੋ ਵੇਖੋ ਵੀ ਤੁਹਾਨੂੰ ਮਾਤਾ ਪਿਤਾ ਤੇ ਬੰਦਪ ਇਹ ਤਾਂ ਤੁਹਾਨੂੰ ਵੇਖਣ ਨੂੰ ਮਿਲੀ ਜਾਣਗੇ ਜਿਵੇਂ ਕਿ ਆਹ ਵੇਖੋ ਵੀ ਇੱਥੇ ਮਾਤਾ ਦੀ ਗੱਲ ਇੱਥੇ ਕੀਤੀ ਗਈ ਸੀ ਕਿ ਸੋ ਮਾਤਾ ਤਾਂ ਇੱਥੇ ਹੋ ਨਹੀਂ ਸਕਦਾ ਬੰਦਪ ਦੀ ਵੀ ਗੱਲ ਇੱਥੇ ਕੀਤੀ ਗਈ ਆ ਇਹ ਵੀ ਨਹੀਂ ਹੋ ਸਕਦਾ ਭੈਣ ਦੀ ਵੀ ਗੱਲ ਕੀਤੀ ਗਈ ਆ ਕਿ ਨਹੀਂ ਕੀਤੀ ਗਈ ਜਾਂ ਫਿਰ ਭਾਈ ਦੀ ਗੱਲ ਕੀਤੀ ਗਈ ਜਿਹੜਾ ਭਰਾਤਾ ਉਹਨਾਂ ਨੇ ਸ਼ਬਦ ਯੂਜ਼ ਕੀਤਾ ਹੋਇਆ ਉਹ ਭਾਈ ਲਈ ਹੀ ਵਰਤਿਆ ਹੋਇਆ ਸੋ ਇਹਦੀ ਵੀ ਗੱਲ ਕੀਤੀ ਗਈ ਆ ਜੇਕਰ ਆਪਾਂ ਗੱਲ ਕਰੀਏ ਭੈਣ ਦੀ ਸੋ ਇਹਦੀ ਗੱਲ ਨਹੀਂ ਕੀਤੀ ਗਈ ਸੋ ਇਹਦਾ ਜਿਹੜਾ ਜਵਾਬ ਹੈ ਜੀ ਕਿ ਇਹਨਾਂ ਦਾ ਉਲੇਖ ਨਹੀਂ ਕੀਤਾ ਗਿਆ ਸੋ ਆਪਸ਼ਨ ਨੰਬਰ ਬੀ ਤੁਹਾਡਾ ਸਹੀ ਜਵਾਬ ਹੈ ਅਗਲਾ ਪ੍ਰਸ਼ਨ ਹੈ ਜੀ ਉਪਰੋਕਤ ਕਾਵ ਵਿੱਚ ਕਿਹੜਾ ਅਲੰਕਾਰ ਹੈ ਵੀ ਜਦੋਂ ਵੀ ਆਪਾਂ ਕਵਿਤਾਵਾਂ ਦੀ ਰਚਨਾ ਕਰਦੇ ਹਾਂ ਵੀ ਜਿਹਦੇ ਦੁਆਰਾ ਵੀ ਜਦੋਂ ਕਵਿਤਾਵਾਂ ਦੀ ਰਚਨਾ ਕੀਤੀ ਜਾਂਦੀ ਹੈ ਸੋ ਉਹਨੂੰ ਸੋਹਣਾ ਬਣਾਉਣ ਲਈ ਵੀ ਕੁਝ ਸ਼ੈਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਕੁਝ ਕਹਿ ਸਕਦੇ ਹਾਂ ਵੀ ਕੁਝ ਇਹੋ ਜਿਹੇ ਡਿਵਾਈਸਸ ਦੀ ਯੂਜ਼ ਕੀਤੀ ਜਾਂਦੀ ਹੈ ਜਿਹਦੇ ਨਾਲ ਉਹ ਜਿਹੜੀ ਕਵਿਤਾ ਹੈ ਵੀ ਉਹ ਹੋਰ ਸੋਹਣੀ ਲੱਗਣ ਲੱਗ ਜਾਵੇ ਵੀ ਹੋਰ ਉਹ ਸੋਹਣੀ ਲੱਗਣ ਲੱਗ ਜਾਵੇ ਸੋ ਉਹਨਾਂ ਨੂੰ ਆਪਾਂ ਅਲੰਕਾਰ ਕਹਿੰਦੇ ਆ ਸੋ ਇਹਦੇ ਵਿੱਚ ਤੁਹਾਨੂੰ ਚਾਰ ਜਿਹੜੇ ਅਲੰਕਾਰ ਆ ਜੀ ਉਹ ਵੇਖਣ ਨੂੰ ਮਿਲ ਰਹੇ ਹੋਣਗੇ ਇੱਕ ਤਾਂ ਹੈ ਰੂਪਕ ਇੱਕ ਹੈ ਉਪਮਾ ਇੱਕ ਹੈ ਅਨੁਪਰਾਸ ਤੇ ਇੱਕ ਹੈ ਯਮਕ ਸੋ ਸਾਰਿਆਂ ਨਾਲ ਪਹਿਲਾਂ ਤੁਸੀਂ ਇਹਦਾ ਸਹੀ ਜਵਾਬ ਦੱਸੋ ਤੇ ਮੈਂ ਤੁਹਾਨੂੰ ਦੱਸਦਾ ਵੀ ਰੂਪਕ ਉਪਮਾ ਅਨੁਪਰਾਸ ਤੇ ਯਮਕ ਹੁੰਦਾ ਕੀ ਹੈ ਆਪਾਂ ਲਾਸਟ ਤੋਂ ਸ਼ੁਰੂ ਕਰਦੇ ਆ ਜਿਹੜਾ ਯਮਕ ਹੈ ਇਹਦੇ ਵਿੱਚ ਪਤਾ ਕੀ ਕੀਤਾ ਜਾਂਦਾ ਜਿਹੜੇ ਵੀ ਆਪਣੇ ਸਾਹਮਣੇ ਸ਼ਬਦ ਯੂਜ਼ ਕੀਤੇ ਜਾਣੇ ਆ ਜਿਹੜੇ ਵੀ ਕਵਿਤਾ ਦੇ ਵਿੱਚੋਂ ਵੀ ਕਈ ਵਾਰ ਆਪਾਂ ਇਹ ਵੇਖਦੇ ਹੁੰਦੇ ਆ ਵੀ ਇੱਕੋ ਤਰ੍ਹਾਂ ਦੇ ਵੈਸੇ ਮੇਰੇ ਕੋਲ ਉਦਾਹਰਣ ਹੈ ਨਹੀਂ ਮੈਂ ਤੁਹਾਨੂੰ ਵੈਸੇ ਐਕਸਪਲੇਨ ਕਰ ਦਿੰਦਾ ਜਵੇਂ ਕਿ ਜਦੋਂ ਵੀ ਕਿਸੇ ਕਵਿਤਾ ਦੇ ਵਿੱਚੋਂ ਤੁਸੀਂ ਇੱਕੋ ਸ਼ਬਦ ਨੂੰ 2-3 ਵਾਰ ਯੂਜ਼ ਕਰ ਲੈਂਦੇ ਹੁੰਨੇ ਹੋ ਤੇ 2-3 ਵਾਰ ਉਹਨੂੰ ਯੂਜ਼ ਕਰਨ ਤੋਂ ਬਾਅਦ ਵੀ ਉਹਨਾਂ ਤਿੰਨਾਂ ਦੇ ਜਿਹੜੇ ਮੀਨਿੰਗ ਹੈ ਵੀ ਜਿਹੜੇ ਅਰਥ ਹੈ ਵੀ ਉਹ ਤੁਹਾਨੂੰ ਵੱਖਰੇ-ਵੱਖਰੇ ਵੇਖਣ ਨੂੰ ਮਿਲਣ ਸੋ ਉਹਨੂੰ ਆਪਾਂ ਕਹਿ ਦਿੰਨੇ ਆਂ ਵੀ ਯਮਕ ਅਲੰਕਾਰ ਕਹਿ ਦਿੰਨੇ ਆਂ ਜੇ ਆਪਾਂ ਗੱਲ ਕਰੀ ਅਨੁਪਰਾਸ ਦੀ ਸੋ ਅਨੁਪਰਾਸ ਦੇ ਵਿੱਚ ਕੀ ਹੁੰਦਾ ਵੀ ਅਨੁਪਰਾਸ ਜਿਹੜੀ ਕਾਬ ਹੁੰਦੀ ਹੈ ਜਿਹਦੇ ਵਿੱਚ ਕਹਿ ਸਕਦੇ ਆਂ ਵੀ ਜੇ ਇਹ ਅਲੰਕਾਰ ਉਹਦੇ ਵਿੱਚੋਂ ਵਰਤਿਆ ਜਾਵੇ ਸੋ ਇਹਦੇ ਵਿੱਚ ਕੁਝ ਸ਼ਬਦ ਜਾਂ ਫਿਰ ਕੁਝ ਇਹੋ ਜਿਹੇ ਜਿਹੜੇ ਵਰਣ ਹੁੰਦੇ ਆਂ ਜਿਉ ਜੋ ਜਦੋਂ ਵਰਤੋਂ ਨਾਲ ਦੀ ਕੀਤੀ ਜਾਂਦੀ ਹੈ ਜਾਂ ਫਿਰ ਸਮੂਹ ਦੇ ਵਿੱਚੋਂ ਉਹਨਾਂ ਦੀ ਜਦੋਂ ਵਰਤੋਂ ਕੀਤੀ ਜਾਂਦੀ ਹੈ ਸੋ ਉਹਨਾਂ ਦਾ ਜਿਹੜਾ ਮੀਨਿੰਗ ਹੈ ਜਾਂ ਫਿਰ ਕਹਿ ਲਓ ਵੀ ਉਹਨੂੰ ਗਾਉਣ ਦੇ ਵਿੱਚ ਜਦੋਂ ਵੀ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ ਵੀ ਉਹਦੇ ਵਿੱਚ ਤੁਹਾਨੂੰ ਕਹਿ ਸਕਦੇ ਹਾਂ ਜੀ ਜਿਹੜਾ ਪਹਿਲਾ ਅੱਖਰ ਹੈ ਵੀ ਤੁਸੀਂ ਜਦੋਂ ਉਹਨੂੰ ਗਾਉਂਗੇ ਵੀ ਤੁਹਾਨੂੰ ਇੱਕ ਸਿਮਿਲਰ ਸਿਮਿਲਰ ਜਿਹੜੇ ਵਰਡ ਹੈ ਜੀ ਉਹਦੀ ਇੱਕ ਫੀਲਿੰਗ ਜੀ ਆਉਣੀ ਆ ਸੋ ਅਨੁਪਰਾਸ ਦੇ ਵਿੱਚ ਤਾਂ ਇਹ ਗੱਲ ਹੈਗੀ ਆ ਕਿ ਜਦੋਂ ਵੀ ਸ਼ਬਦਾ ਨੂੰ ਜਿਹੜੇ ਵੀ ਵਰਣ ਹੋਣਗੇ ਵੀ ਉਹ ਇੱਕ ਸਿਮਿਲਰ ਜੀ ਹੋ ਜਾਂਦੇ ਆ ਸੋ ਉਹਦੇ ਵਿੱਚ ਜਦੋਂ ਵੀ ਉਹਨੂੰ ਆਪਾਂ ਚੰਗੀ ਤਰ੍ਹਾਂ ਗਾ ਸਕਦੇ ਹੁੰਨੇ ਆ ਜਦੋਂ ਉਹ ਵਾਲੀ ਗੱਲ ਐਡ ਕਰ ਦਿੱਤੀ ਜਾਵੇ ਕਿਸੇ ਕਵਿਤਾ ਦੇ ਵਿੱਚੋਂ ਆਪਾਂ ਉਹਨੂੰ ਅਨੁਪਰਾਸ ਅਲੰਕਾਰ ਕਹਿੰਨੇ ਆ ਜੇ ਆਪਾਂ ਗੱਲ ਕਰੀਏ ਉਪਮਾ ਦੀ ਤੁਸੀਂ ਇੱਕ ਜਿਹੜਾ ਮੈਟਾਫੋਰ ਵਰਡ ਹੈ ਜਿਹਦੇ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਮੈਟਾਫੋਰ ਤੁਸੀਂ ਵਰਡ ਸੁਣਿਆ ਹੋਊਗਾ ਨਾ ਜੀ ਜਿਵੇਂ ਕਿ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੁੰਦਾ ਕਿ ਮੈਟਾਫੋਰ ਕੀ ਹੁੰਦਾ ਜਦੋਂ ਵੀ ਤੁਸੀਂ ਕਿਸੇ ਵਿਅਕਤੀ ਨੂੰ ਜਿਵੇਂ ਕਿ ਕਹਿ ਰਹੇ ਹੋ ਤੁਸੀਂ ਕਿਸੇ ਨੂੰ ਕਹਿ ਦੋ ਕਿ ਸ਼ਾਬੀ ਹੋਤਾ ਸ਼ੇਰ ਹੈ ਜੀ ਮੇਰਾ ਸ਼ੇਰ ਹੈ ਉਹ ਮਤਲਬ ਇਹ ਜਾਂ ਫਿਰ ਕਹਿ ਕੇ ਉਹਦੀ ਭਾਵਨਾ ਹੈ ਜਿਹੜੀ ਆਪਾਂ ਸ਼ੇਰ ਕਹਿ ਕੇ ਉਹਨੂੰ ਲਿਟਰਲੀ ਸ਼ੇਰ ਤਾਂ ਨਹੀਂ ਕਹਿ ਰਹੇ ਬਟ ਉਹਨੂੰ ਆਪਾਂ ਇਹ ਕਹਿ ਕੇ ਵੀ ਉਹਦੀ ਬਹਾਦਰੀ ਦਾ ਸਬੂਤ ਦੇ ਰਹੇ ਆ ਕਿ ਭਾਈ ਉਹ ਬਹੁਤ ਹੀ ਕਰੇਜਸ ਪਰਸਨ ਹੈ ਠੀਕ ਹੈ ਜੀ ਸੋ ਉਹ ਕੀ ਕਰ ਰਹੇ ਆ ਆਪਾਂ ਵੀ ਆਪਾਂ ਉਹਨੂੰ ਕੰਪੈਰੀਜ਼ਨ ਕਰ ਰਹੇ ਆ ਵੀ ਸਿੱਧਾ ਉਹਨੂੰ ਦੂਜਾ ਉਹ ਕਹਿ ਕੇ ਵੀ ਕੋਈ ਹੋਰ ਸ਼ਬਦਾਂ ਦੀ ਵਰਤੋਂ ਕਰਕੇ ਵੀ ਆਪਾਂ ਉਹਦੀ ਕੰਪੈਰੀਜ਼ਨ ਤਾਂ ਕਰ ਰਹੇ ਆ ਬਟ ਕੰਪੈਰੀਜ਼ਨ ਆਪਾਂ ਸਿੱਧਾ ਉਹਨੂੰ ਕਹਿ ਕੇ ਕਰ ਰਹੇ ਹਾਂ ਠੀਕ ਹੈ ਜੀ ਡਾਇਰੈਕਟਲੀ ਕੰਪੈਰੀਜ਼ਨ ਕਰ ਰਹੇ ਹਾਂ ਇੱਕ ਸਮਿਲੇ ਵੀ ਹੁੰਦਾ ਤੁਹਾਨੂੰ ਪਤਾ ਹੋਊਗਾ ਇੰਗਲਿਸ਼ ਦੇ ਵਿੱਚ ਜਦੋਂ ਤੁਸੀਂ ਐਜ਼ ਯਾ ਲਾਈਕ ਲਗਾ ਕੇ ਤੁਸੀਂ ਜਦੋਂ ਕਿਸੇ ਦੀ ਕੰਪੈਰੀਜ਼ਨ ਕਰਦੇ ਹੁੰਦੇ ਹੋ ਬਟ ਉਪਮਾ ਦੇ ਵਿੱਚੋਂ ਮੈਟਾਫਰ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਸਿੱਧੀ ਉਹ ਗੱਲ ਕਹਿ ਦਿੰਦੇ ਹੋ ਠੀਕ ਹੈ ਜੀ ਆਪਾਂ ਕਹਿ ਦਿੰਦੇ ਹਾਂ ਨਾ ਵੀ ਹੀ ਇਜ਼ ਲਾਈਕ ਆ ਫੌਕਸ ਹੀ ਇਜ਼ ਆ ਫੌਕਸ ਠੀਕ ਹੈ ਜੀ ਮਤਲਬ ਇਹ ਇੱਕ ਤਾਂ ਹੋ ਗਿਆ ਜੀ ਹੀ ਇਜ਼ ਲਾਈਕ ਆ ਫੌਕਸ ਵੀ ਉਹ ਲੂੰਬੜੀ ਦੀ ਤਰ੍ਹਾਂ ਉਹ ਚਲਾਕ ਹੈ ਜਾਂ ਫਿਰ ਤੁਸੀਂ ਕਹਿ ਲਓ ਕਿ ਉਹ ਤਾਂ ਇੱਕ ਲੂੰਬੜੀ ਹੀ ਹੈ ਵੀ ਉਹ ਕੋ ਫੌਕ ਡਾਇਰੈਕਟਲੀ ਵੱਤੋ ਕਰਦੇ ਹੁੰਨੇ ਆ ਸੋ ਜਿਹੜੀ ਕਾਵ ਹੈ ਵੀ ਇਹਦੇ ਵਿੱਚ ਇਹ ਰੂਪਕ ਵੀ ਆ ਗਿਆ ਵੈਸੇ ਤਾਂ ਜਿਹੜਾ ਸਹੀ ਜਵਾਬ ਹੈ ਉਹ ਤਾਂ ਹੈ ਰੂਪਕ ਸੋ ਰੂਪਕ ਦੇ ਵਿੱਚ ਕੀ ਹੁੰਦਾ ਜਿਹਦੇ ਨਾਲ ਕੰਪੈਰੀਜ਼ਨ ਕੀਤੀ ਜਾ ਰਹੀ ਹੋਵੇ ਤੇ ਜਿਹਦੀ ਕੰਪੈਰੀਜ਼ਨ ਕੀਤੀ ਜਾ ਰਹੀ ਹੋਵੇ ਜਦੋਂ ਉਹ ਦੋਵੇਂ ਹੀ ਸੇਮ ਹੋਣ ਜਿੱਥੇ ਤੁਸੀਂ ਇਸ ਕਵਿਤਾ ਨੂੰ ਜੇ ਤੁਸੀਂ ਧਿਆਨ ਨਾਲ ਵੇਖੋ ਸੋ ਇਹਦੇ ਵਿੱਚ ਪਰਮਾਤਮਾ ਦੀ ਗੱਲ ਕੀਤੀ ਜਾ ਰਹੀ ਹੈ ਸੋ ਸਾਰੀ ਗੱਲ ਪਰਮਾਤਮਾ ਦੀ ਹੀ ਗੱਲ ਇੱਥੇ ਕੀਤੀ ਜਾ ਰਹੀ ਹੈ ਸੋ ਉਹਨਾਂ ਦੀ ਜਿਹੜੀ ਕੰਪੈਰੀਜ਼ਨ ਹੈ ਵੀ ਕਹਿ ਸਕਦੇ ਆ ਵੀ ਉਹਨਾਂ ਦੀ ਆਪ ਦੇ ਵਿੱਚ ਹੀ ਕੰਪੈਰੀਜ਼ਨ ਹੈ ਜੀ ਉਹ ਕੀਤੀ ਜਾ ਰਹੀ ਹੈ ਠੀਕ ਹੈ ਜੀ ਜਿਹੜੀ ਤੁਲਨਾ ਹੈ ਵੀ ਜਦੋਂ ਕਿਸੇ ਸੇਮ ਵਿਅਕਤੀ ਨਾਲ ਕੀਤੀ ਜਾ ਰਹੀ ਹੋਵੇ ਕਿ ਜਦੋਂ ਆਪਾਂ ਵੀ ਜਿਹੜੀ ਤੁਲਨਾ ਕਰਦੇ ਹੁੰਨੇ ਆ ਸੋ ਇਹਦੇ ਵਿੱਚ ਸੇ ਉਹ ਦੋਵੇਂ ਸੇਮ ਪਰਸਨ ਨਹੀਂ ਹੋਣ ਜਿਹਦੀ ਆਪਾਂ ਤੁਲਨਾ ਕਰ ਰਹੇ ਆ ਤੇ ਜਿਹਦੇ ਨਾਲ ਕਰ ਰਹੇ ਆ ਜਦੋਂ ਦੋਵੇਂ ਸੇਮ ਹੋਣ ਉਹਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਉਹਨੂੰ ਆਪਾਂ ਰੂਪਕ ਅਲੰਕਾਰ ਕਹਿ ਦਿੰਨੇ ਆ ਠੀਕ ਹੈ ਜੀ ਸੋ ਆਪਸ਼ਨ ਨੰਬਰ A ਜੀ ਇਹ ਤੁਹਾਡਾ ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਇਸਦੇ ਨਾਲ ਹੀ ਚੱਲਦੇ ਆਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਜੀ ਉਪਰੋਕਤ ਕਾਵ ਵਿੱਚ ਕਿਸ ਢੁਕਵੀਂ ਸ਼ੈਲੀ ਵਿੱਚ ਸਿੱਖਿਆ ਦਿੱਤੀ ਗਈ ਹੈ ਸੋ ਦੋਸਤੋ ਇਹ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਸ਼ਾਸਨ ਆਪਣਾ ਜਦੋਂ ਵੀ ਆਪਾਂ ਸ਼ੁਰੂ ਕੀਤਾ ਸੀਗਾ ਮੈਨੂੰ ਲੱਗਦਾ ਮੈਂ ਉੱਥੇ ਇਹ ਜਵਾਬ ਵੀ ਦੇ ਹੀ ਦਿੱਤਾ ਸੀ ਸੋ ਕੀ ਹੈ ਮਨੋਵਿਗਿਆਨਿਕ ਹੈ ਕਿ ਇਹ ਅਧਿਆਤਮਿਕ ਹੈ ਜਾਂ ਫਿਰ ਰੂਪਵਾਦੀ ਸ਼ੈਲੀ ਹੈ ਜਾਂ ਫਿਰ ਇਹ ਸਰਚਨਾਵਾਦੀ ਸ਼ੈਲੀ ਹੈ ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਅਧਿਆਤਮਿਕ ਕਿ ਇਹ ਸਪਿਰਚੁਅਲ ਸ਼ੈਲੀ ਦੇ ਵਿੱਚ ਇਹਨੂੰ ਲਿਖਿਆ ਗਿਆ ਹੈ ਠੀਕ ਹੈ ਜੀ ਸਪਿਰਚੁਅਲ ਸ਼ੈਲੀ ਦੇ ਵਿੱਚ ਕਿਉਂਕਿ ਇਹਦੇ ਵਿੱਚ ਪ੍ਰਮਾਤਮਾ ਦੀ ਆਮ ਤੌਰ ਤੇ ਜੀ ਜਿਹੜੀ ਗੱਲ ਹੈ ਜੀ ਉਹ ਕੀਤੀ ਜਾ ਰਹੀ ਹੈ ਸੋ ਆਪਸ਼ਨ ਨੰਬਰ B ਤੁਹਾਡਾ ਸਹੀ ਜਵਾਬ ਹੈ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਸੋ ਵੀ ਇੱਕ ਪੈਰਾ ਗ੍ਰਾਫ ਬੇਸਡ ਪ੍ਰਸ਼ਨ ਹੈ ਜੀ ਜਿਹੜੇ ਵੀ ਪ੍ਰਸ਼ਨ ਹੋਣਗੇ ਇਹਨਾਂ ਨੂੰ ਆਪਾਂ ਵੇਖ ਲੈਣੇ ਆਂ ਹੇਠ ਲਿਖਿਆ ਵਿੱਚ ਕਿਹੜਾ ਸ਼ਬਦ ਪਿਛੇਤਰ ਨਾਲ ਬਣਿਆ ਹੈ ਸੋ ਆਪਾਂ ਇਹਨੂੰ ਵੇਖਦੇ ਆਂ ਜੀ ਆਮਦਨ ਉਤਪਾਦਨ ਧਾਕਿਆ ਜਾਂ ਫਿਰ ਭੌਮਹੀਣ ਪਹਿਲਾਂ ਤਾਂ ਆਪਾਂ ਪ੍ਰਸ਼ਨਾਂ ਨੂੰ ਇੱਕ ਵਾਰ ਪੜ੍ਹਨ ਲਵਾਂਗੇ ਉਸ ਤੋਂ ਬਾਅਦ ਜਿਹੜਾ ਪੈਰਾਗ੍ਰਾਫ ਹੈ ਜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਊਂਗਾ ਤੁਸੀਂ ਧਿਆਨ ਨਾਲ ਸੁਣ ਲਿਓ ਤੇ ਵੈਸੇ ਤਾਂ ਮੈਂ ਚਲੋ ਜੇ ਤੁਹਾਡੇ ਤੋਂ ਨਹੀਂ ਵੀ ਹੁੰਦਾ ਤੁਹਾਨੂੰ ਮੈਂ ਟੈਲੀਗ੍ਰam ਤੇ ਤਾਂ ਭੇਜੀ ਦਊਂਗਾ ਪੀਡੀਐਫ ਜਿਹੜੀ ਵੀ ਹੋਏਗੀ ਤੁਸੀਂ ਉੱਥੇ ਵੀ ਇੱਕ ਵਾਰ ਆਪ ਪੜ੍ਹ ਕੇ ਪੈਰਾਗ੍ਰਾਫ ਨੂੰ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ ਸੋ ਇਹ ਜਿਹੜਾ 177ਵਾਂ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਦੇਸ਼ੀ ਹੈ ਸੰਕਟ ਰਿਪੋਰਟ ਪ੍ਰਕਾਸ਼ਿਤ ਜਾਂ ਫਿਰ ਸ਼ਿਕਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਮ ਨਹੀਂ ਹੈ ਮਜ਼ਦੂਰ ਕਿਸਾਨ ਕਿਸਾਨੀ ਜਾਂ ਫਿਰ ਪੰਜਾਬ ਇਹ ਆ ਗਿਆ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸ਼ੇਸ਼ਣ ਨਹੀਂ ਹੈ ਨਿਮਨ ਕਿਸਾਨ ਆਤਮਹੱਤਿਆ ਖੇਤ ਮਜ਼ਦੂਰ ਜਾਂ ਫਿਰ ਸੂਬੇ ਦੇਖਦੇ ਹਾਂ ਜੀ ਮਾਰੂ ਸਿੱਟੇ ਸਾਡੇ ਸਾਹਮਣੇ ਹਨ ਇਹ ਵਾਕ ਕਿਸ ਨਾਲ ਸੰਬੰਧਿਤ ਹੈ ਭੂਤਕਾਲ ਨਾਲ ਵਰਤਮਾਨ ਕਾਲ ਭਵਿੱਖ ਕਾਲ ਜਾਂ ਫਿਰ ਕੁਝ ਕਿਹਾ ਨਹੀਂ ਜਾ ਸਕਦਾ ਠੀਕ ਹੈ ਜੀ ਇਹ ਤੁਸੀਂ ਪੜ ਲਿਆ ਹੁਣ ਆਪਾਂ ਇੱਕ ਵਾਰ ਜਿਹੜਾ ਪੈਰਾਗ੍ਰਾਫ ਹੈ ਵੈਸੇ ਦੋਸਤੋ ਜੇ ਤੁਸੀਂ ਇਸ ਪੈਰਾਗ੍ਰਾਫ ਨੂੰ ਨਹੀਂ ਪੜਿਆ ਫਿਰ ਵੀ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸੋਲਵ ਕਰ ਸਕਦੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਪੜ ਕੇ ਸੁਣਾਉਂਗਾ ਕਿ ਜਿਹੜੇ ਸ਼ਬਦ ਹੈ ਜੀ ਇਸ ਪੈਰਾਗ੍ਰਾਫ ਦੇ ਵਿੱਚੋਂ ਹੀ ਲਏ ਗਏ ਆ ਮੈਂ ਪੜ ਕੇ ਸੁਣਾ ਦਿੰਦਾ ਜੀ ਪਿਛਲੇ ਦੋ ਦਹਾਕਿਆਂ ਤੋਂ ਨਿਮਨ ਕਿਸਾਨੀ ਜੋ ਸੰਕਟ ਭੋਗ ਰਹੀ ਹੈ ਵੈਸੇ ਤੁਹਾਨੂੰ ਪਤਾ ਨਾ ਜੀ ਕਿ ਹੁਣ ਆਪਣੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਜੀ ਕਾਫੀ ਗਰਮ ਹੋਇਆ ਪਿਆ ਸੋ ਇਹਦੇ ਵੈਸੇ ਵੇਖ ਲਓ ਜੀ ਇਹ ਤੁਹਾਨੂੰ 2012 ਦੇ ਵਿੱਚੋਂ ਵੀ ਇੱਕ ਪੈਰਾਗ੍ਰਾਫ ਹੈ ਜੀ ਕਿਸਾਨਾਂ ਦੇ ਮੁੱਦੇ ਤੇ ਹੀ ਇਹ ਆਇਆ ਹੋਇਆ ਵੀ ਕਿਸਾਨਾਂ ਦੀ ਕੀ ਹਾਲਤ ਹੈ ਇਸ ਟਾਈਮ ਸੋ ਪਿਛਲੇ ਦੋ ਦਾ ਕਹਾਂ ਤੋਂ ਨਿਮਨ ਕਿਸਾਨੀ ਜੋ ਸੰਕਟ ਭੋਗ ਰਹੀ ਹੈ ਉਸਦੇ ਮਾਰੂ ਸਿੱਟੇ ਸਾਡੇ ਸਾਹਮਣੇ ਹਨ ਨਿਮਨ ਕਿਸਾਨ ਕਰਜ਼ੇ ਦੇ ਭਾਰ ਹੇਠਾਂ ਆਤਮ ਹੱਤਿਆਵਾਂ ਕਰ ਰਹੇ ਹਨ ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਵਿੱਚ ਨਿਮਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਸੰਬੰਧੀ ਰਿਪੋਰਟਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਖੇਤੀ ਤੋਂ ਪੈਦਾ ਹੋਏ ਨਿਮਨ ਕਿਸਾਨ ਦੇ ਸੰਕਟ ਨੂੰ ਸਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ ਇਕੱਲਾ ਨਿਮਨ ਕਿਸਾਨ ਹੀ ਨਹੀਂ ਸਗੋਂ ਖੇਤ ਮਜ਼ਦੂਰ ਅਤੇ ਭੋਮੇਹੀਣ ਕਿਸਾਨ ਵੀ ਖੇਤੀ ਤੋਂ ਪੈਦਾ ਹੋ ਰਹੇ ਸੰਕਟ ਦਾ ਸ਼ਿਕਾਰ ਹੋ ਰਹੇ ਹਨ ਸਮਾਜ ਦੇ ਇਹਨਾਂ ਵਰਗਾਂ ਦੇ ਲੋਕ ਡੂੰਗੇ ਆਰਥਿਕ ਸਮਾਜਿਕ ਸੰਕਟ ਵਿੱਚ ਕਿਰ ਗਏ ਹਨ ਖੇਤੀ ਦੇ ਪ੍ਰਤੀ ਏਕੜ ਝਾੜ ਵਿੱਚ ਆਈ ਖਰੋਦ ਜਾਂ ਘੱਟ ਆਮਦਨ ਤੋਂ ਘੱਟ ਸੌਰੀ ਆਈ ਖਰੋਦ ਜਾਂ ਘੱਟ ਆਮਦਨ ਅਤੇ ਉਤਪਾਦਨ ਲਾਗਤਾਂ ਵਿੱਚ ਵੱਧ ਰਿਹਾ ਵਾਧਾ ਇਹਨਾਂ ਲੋਕਾਂ ਲਈ অতি ਚਿੰਤਾ ਦਾ ਵਿਸ਼ਾ ਹੈ ਉਮੀਦ ਹੈ ਜੀ ਤੁਹਾਨੂੰ ਇਹ ਪੈਰਾਗ੍ਰਾਫ ਹੈ ਜੀ ਸਮਝ ਲੱਗ ਗਿਆ ਹੋਣਾ ਕਾਫੀ ਨਾਰਮਲ ਜੀ ਭਾਸ਼ਾ ਇਹਨਾਂ ਨੇ ਯੂਜ਼ ਕੀਤੀ ਹੈ ਸੋ ਇਹਨਾਂ ਦੇ ਵਿੱਚੋਂ ਪਛੇਤਰ ਨਾਲ ਨਹੀਂ ਬਣਿਆ ਹੋਇਆ ਤੁਹਾਨੂੰ ਇਹ ਸ਼ਬਦ ਦੱਸਣਾ ਹੈ ਆਮਦਨ ਉਤਪਾਦਨ ਧਾਕਿਆ ਜਾਂ ਫਿਰ ਪੌਮੀਹੀਣ ਸੋ ਇਹ ਇਹਨਾਂ ਨੇ ਪੁੱਛਾਇਆ ਪਿਛੇਤਰ ਨਾਲ ਬਣਿਆ ਹੋਇਆ ਕਿਹੜਾ ਸ਼ਬਦ ਹੈ ਜੀ ਜਿਹੜਾ ਕਿ ਇਹ ਹੈ ਭੌਮੇਹਣ ਭੌਮੇਹਣ ਜਿਹੜਾ ਸ਼ਬਦ ਹੈ ਜੀ ਭੌਮੀ ਪਲੱਸ ਹੀਣ ਠੀਕ ਹੈ ਜੀ ਸੋ ਇਹ ਜਿਹੜਾ ਸ਼ਬਦ ਹੈ ਜੀ ਇਹਦੇ ਨਾਲ ਜਿਹੜਾ ਹੀਣ ਸ਼ਬਦ ਹੈ ਜੀ ਇਹ ਪਿਛੇਤਰ ਹੈ ਠੀਕ ਹੈ ਜੀ ਆਪਸ਼ਨ ਨੰਬਰ ਡੀ ਤੁਹਾਡਾ ਸਹੀ ਜਵਾਬ ਹੈ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਤੇ ਬਾਕੀ ਜਿਹੜੇ ਸ਼ਬਦ ਹੈ ਜੀ ਆਮਦਨ ਦਾਕਿਆ ਉਤਪਾਦਨ ਇਹ ਆਪਨੋ ਆਪ ਦੇ ਵਿੱਚ ਇੱਕ ਮੂਲ ਸ਼ਬਦ ਹੈਗੇ ਆ ਸੋ ਇਹਨਾਂ ਨਾਲ ਕੋਈ ਵੀ ਅਗੇਤਰ ਤੇ ਪਿਛੇਤਰ ਨਹੀਂ ਲੱਗਿਆ ਹੋਇਆ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਇਹ ਲੇਖਾਂ ਵਿੱਚੋਂ ਕਿਹੜਾ ਸ਼ਬਦ ਵਿਦੇਸ਼ੀ ਹੈ ਕਿ ਉਹ ਸ਼ਬਦ ਸੰਕਟ ਹੈ ਕਿ ਉਹ ਸ਼ਬਦ ਰਿਪੋਰਟ ਹੈ ਪ੍ਰਕਾਸ਼ਿਤ ਹੈ ਜਾਂ ਫਿਰ ਸ਼ਿਕਾਇਤ ਹੈ ਸੋ ਆਪਾਂ ਦੱਸਣਾ ਹੈ ਕਿ ਵਿਦੇਸ਼ੀ ਸ਼ਬਦ ਜਿਹੜਾ ਰਿਪੋਰਟ ਸ਼ਬਦ ਹੈ ਜੀ ਇਹ ਪੰਜਾਬੀ ਦਾ ਸ਼ਬਦ ਨਹੀਂ ਹੈ ਮਤਲਬ ਇਹ ਕਿ ਜਿਹੜਾ ਰਿਪੋਰਟ ਸ਼ਬਦ ਹੈ ਜੀ ਇਹ ਅੰਗਰੇਜ਼ੀ ਦਾ ਭਾਸ਼ਾ ਫੋਰਨ ਦਾ ਇੱਕ ਸ਼ਬਦ ਹੈ ਜੀ ਠੀਕ ਹੈ ਜੀ ਸੋ ਇਹ ਪੰਜਾਬੀ ਦਾ ਸ਼ਬਦ ਵੈਸੇ ਨਹੀਂ ਹੈਗਾ ਵੈਸੇ ਆਮ ਤੌਰ ਤੇ ਆਪਾਂ ਇਹਨੂੰ ਵਰਤ ਲੈਂਦੇ ਆ ਵੱਡੇ ਪੰਜਾਬੀ ਦਾ ਸ਼ਬਦ ਨਹੀਂ ਹੈ ਸੋ ਆਪਸ਼ਨ ਨੰਬਰ ਬੀ ਤੁਹਾਡਾ ਸਹੀ ਜਵਾਬ ਹੈ ਜੀ ਚੱਲਦੇ ਆਂ ਜੀ ਅਗਲੇ ਪ੍ਰਸ਼ਨ ਤੇ ਜਿਹੜਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਮ ਨਹੀਂ ਹੈ ਇਹਦੇ ਵਿੱਚ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਵੀ ਨਾਮ ਨਹੀਂ ਹੈ ਮਤਲਬ ਇਹ ਕਿ ਇੱਥੇ ਤਿੰਨ ਸ਼ਬਦ ਐ ਹੋ ਜੀ ਹੋਣਗੇ ਜਿਹੜੇ ਕਿ ਨਾਮ ਹੋਣਗੇ ਠੀਕ ਹੈ ਜੀ ਜਿਹੜਾ ਕੀ ਹੈ ਮਜ਼ਦੂਰ ਕਿਸਾਨ ਕਿਸਾਨੀ ਅਤੇ ਪੰਜਾਬ ਜੇ ਆਪਾਂ ਗੱਲ ਕਰੀਏ ਵੀ ਮਜ਼ਦੂਰ ਵੀ ਨਾਮ ਹੈ ਕਿਸਾਨ ਵੀ ਨਾਮ ਹੈ ਪੰਜਾਬ ਵੀ ਨਾਮ ਹੈ ਜੇ ਆਪਾਂ ਗੱਲ ਕਰੀਏ ਕਿਸਾਨੀ ਕਿਸਾਨੀ ਤਾਂ ਕਿਤੇ ਨਾ ਕਿਤੇ ਇੱਕ ਵਿਸ਼ੇਸ਼ਤਾ ਦੱਸਿਆ ਜਾ ਰਿਹਾ ਨਾ ਜੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਸੋ ਆਪਸ਼ਨ ਨੰਬਰ ਸੀ ਤੁਹਾਡਾ ਸਹੀ ਜਵਾਬ ਹੈ ਕਿ ਇਹ ਨਾਮ ਨਹੀਂ ਹੈ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ ਤੁਸੀਂ ਇਹ ਦੱਸਣਾ ਹੈ ਕਿ ਕਿਹੜਾ ਵਿਸ਼ੇਸ਼ਣ ਨਹੀਂ ਹੈ ਨਿਮਨ ਕਿਸਾਨ ਆਤਮ ਹੱਤਿਆ ਖੇਤ ਮਜ਼ਦੂਰ ਜਾਂ ਫਿਰ ਸੂਬਿਆਂ ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਉਹ ਕੀ ਹੈ ਜੀ ਨਿਮਨ ਕਿਸਾਨ ਆਤਮ ਹੱਤਿਆ ਖੇਤ ਮਜ਼ਦੂਰ ਇਹ ਤਾਂ ਹੈਗੇ ਵਿਸ਼ੇਸ਼ਣ ਕਹਿ ਸਕਦੇ ਹਾਂ ਜੀ ਨਹੀਂ ਇਹ ਹੈਗੇ ਆ ਜੇ ਆਪਾਂ ਗੱਲ ਕਰੀਏ ਵਿਸ਼ੇਸ਼ਣ ਨਹੀਂ ਹੈ ਸੂਬਿਆਂ ਠੀਕ ਹੈ ਜੀ ਸੂਬਿਆਂ ਆਪਾਂ ਕਹਿ ਸਕਦੇ ਹਾਂ ਜੀ ਨਾਮ ਹੋ ਸਕਦਾ ਕਿਉਂਕਿ ਸੂਬਿਆਂ ਦੀ ਗੱਲ ਕੀਤੀ ਜਾ ਰਹੀ ਹੈ ਬਸ ਸੂਬੇ ਕੀ ਹੁੰਦਾ ਕੀ ਹੈ ਹਨਾ ਜੀ ਸੋ ਆਪਸ਼ਨ ਵਰ ਡੀ ਤੁਹਾਡਾ ਸਹੀ ਜਵਾਬ ਹੈ ਬਾਕੀ ਦੇ ਕੀ ਹੈਗੇ ਜੀ ਇਹ ਵਿਸ਼ੇਸ਼ਣ ਹੈਗੇ ਆ ਜੇ ਆਪਾਂ ਗੱਲ ਕਰੀਏ ਅੱਜ ਦੇ ਆਪਣੇ ਆਖਰੀ ਪ੍ਰਸ਼ਨ ਦੀ ਮਾਰੂ ਸਿੱਟੇ ਸਾਡੇ ਸਾਹਮਣੇ ਹਨ ਇਹ ਵਾਕ ਕਿਸ ਨਾਲ ਸੰਬੰਧਿਤ ਹੈ ਕਿ ਇਹ ਭੂਤਕਾਲ ਨਾਲ ਸੰਬੰਧਿਤ ਹੈ ਵਰਤਮਾਨ ਕਾਲ ਨਾਲ ਸੰਬੰਧਿਤ ਹੈ ਭਵਿੱਖ ਕਾਲ ਨਾਲ ਸੰਬੰਧਿਤ ਹੈ ਜਾਂ ਫਿਰ ਕੁਝ ਕਿਹਾ ਨਹੀਂ ਜਾ ਸਕਦਾ ਜਦੋਂ ਵੀ ਇਥੇ ਹਨ ਦੀ ਗੱਲ ਆ ਜਵੇ ਹਨਾ ਇਹ ਇਹ ਸਿੱਟੇ ਸਾਡੇ ਸਾਹਮਣੇ ਹਨ ਠੀਕ ਹੈ ਜੀ ਸੋ ਇਹ ਇੱਕ ਵਰਤਮਾਨ ਕਾਲ ਹੈ ਵੀ ਪ੍ਰੈਜੈਂਟ ਟਾਈਮ ਦੀ ਇੱਥੇ ਗੱਲ ਹੈ ਜੀ ਉਹ ਕੀਤੀ ਜਾ ਰਹੀ ਹੈ ਸੋ ਆਪਸ਼ਨ ਨੰਬਰ ਜਿਹੜਾ ਤੁਹਾਡਾ B ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਉਮੀਦ ਹੈ ਤੁਹਾਡੇ ਇਥੇ 15 ਦੇ ਵਿੱਚੋਂ ਕਾਫੀ ਵਧੀਆ ਮਾਰਕਸ ਆਏ ਹੋਣੇ ਆ ਕਿਉਂਕਿ ਅੱਜ ਦੇ ਪ੍ਰਸ਼ਨ ਦਾ ਜਿਹੜਾ ਲੈਵਲ ਹੈ ਜੀ ਉਹ ਵੀ ਕਾਫੀ ਸੌਖਾ ਸੀਗਾ ਜੇ ਦੋਸਤੋ ਤੁਹਾਡੇ ਇਹਨਾਂ ਪੇਪਰਾਂ ਦੇ ਵਿੱਚੋਂ ਜੇ ਤੁਹਾਡੇ 15 ਦੇ ਵਿੱਚੋਂ ਲਗਭਗ 14 13 ਨੰਬਰ ਆਰਾਮ ਨਾਲ ਬਣ ਰਹੇ ਆ ਤੇ ਵੀ ਓਬਵੀਅਸਲੀ ਗੱਲ ਹੈ ਵੀ ਜਿਹੜੇ ਹੋਰ ਪ੍ਰਸ਼ਨ ਆਉਣਗੇ ਰੀਟ ਦੇ ਵਿੱਚੋਂ ਤੁਹਾਡੇ ਉਹਨਾਂ ਦੇ ਵਿੱਚ ਵੀ ਵਧੀਆ ਮਾਰਕਸ ਹੀ ਆਉਣਗੇ ਜੇਕਰ ਤੁਸੀਂ ਆਪਣੇ ਇਸ ਚੈਨਲ ਦੇ ਨਾਲ ਰੋਜ਼ ਇਹਨਾਂ ਵੀਡੀਓਜ਼ ਨੂੰ ਵੇਖਦੇ ਹੋ ਕੰਟੀਨਿਊਟੀ ਬਣਾਈ ਰੱਖਦੇ ਹੋ ਠੀਕ ਹੈ ਜੀ ਜੇ ਮਿਹਨਤ ਕਰਦੇ ਹੋ ਸੋ ਤੁਹਾਡੇ ਉਹਨਾਂ ਦੇ ਵਿੱਚੋਂ ਵੀ ਵਧੀਆ ਮਾਰਕਸ ਆ ਜੀ ਉਹ ਜ਼ਰ ਬਾਕੀ ਉਮੀਦ ਮੈਂ ਇਹੀ ਕਰਦਾ ਹੁੰਦਾ ਹੁਣਾ ਵੀ ਜਿੰਨਾ ਵੀ ਆਪਾਂ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰਵਾਈਏ ਜਿੰਨੀ ਵੀ ਵੀਡੀਓ ਦੇ ਵਿੱਚੋਂ ਆਪਾਂ ਤੁਹਾਨੂੰ ਸਮਝਾਈਏ ਵੀ ਤੁਹਾਡੇ ਕਹਿ ਸਕਦੇ ਆ ਜੀ ਪੇਪਰ ਲਈ ਹੈਲਪਫੁਲ ਹੀ ਹੋਵੇ ਬਾਕੀ ਦੋਸਤੋ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਤੇ ਦੋਸਤੋ ਜੇਕਰ ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਹੈ ਜੀ ਉਹਨੂੰ ਵੀ ਪ੍ਰੈਸ ਕਰ ਸਕਦੇ ਹੋ ਤੇ ਸੈਸ਼ਨ ਦੀ ਪੀਡੀਐਫ ਨੂੰ ਡਾਊਨਲੋਡ ਕਰਨ ਲਈ ਜਿਹੜਾ ਆਪਣਾ ਟੈਲੀਗ੍ਰam ਚੈਨਲ ਹੈ ਜਿਹਦਾ ਨਾਮ ਹੈ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਹਨੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਸ਼ਾਸ਼ਨ ਪਸੰਦ ਆਇਆ ਹੋਵੇ ਤਾਂ ਤੁਸੀਂ ਇਹਨੂੰ ਲਾਈਕ ਕਰਕੇ ਜਿਹੜਾ ਸਾਡੀ ਮੋਟੀਵੇਸ਼ਨ ਹੈ ਜੀ ਉਹਨੂੰ ਜ਼ਰੂਰ ਇਨਕਰੀਜ਼ ਕਰਿਓ ਸੋ ਇਸ ਦੇ ਨਾਲ ਹੀ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਖਤਮ ਕੱਲ ਤੋਂ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਸੋ ਤੁਸੀਂ ਰਾਤ ਦੇ 9 ਵਜੇ ਤੁਸੀਂ ਡੇਲੀ ਆਪ ਹੀ ਡੋਰਸਟੈਪ ਐਜੂਕੇਸ਼ਨ ਨਾਮ ਪੁਆਇੰਟ ਦਾ ਜਿਹੜਾ ਚੈਨਲ ਹੈ ਜੀ ਇਹ ਤੁਸੀਂ ਆਪ ਹੀ ਆਜਿਆ ਕਰੋ ਭਾਵੇਂ ਸੰਡੇ ਹੋਵੇ ਹੌਲੀਡੇ ਹੋਵੇ ਭਾਵੇਂ ਕੋਈ ਵੀ ਛੁੱਟੀ ਹੋਵੇ ਤੁਹਾਨੂੰ ਜਿਹੜੀ ਵੀਡੀਓ ਹੈ ਜੀ ਇਹ ਤੁਹਾਨੂੰ ਉੱਥੇ ਮਿਲ ਹੀ ਜਾਣੀ ਹੈ ਸੋ ਦੋਸਤੋ ਅੱਜ ਦੇ ਲਈ ਇੰਨਾ ਹੀ ਥੈਂਕ ਯੂ ਸੋ ਮੱਚ ਫਾਰ ਵ